ਪਹਿਲੀ ਫਿਲਮ ਆ ਗਈ ਯਾਰਨ ਵੱਲੇ ਅਤੇ ਬਾਬਾ ਜੀ ਨੇ ਸੁਣ ਲਈ, ਚੱਲ ਗਿਆ ਕੰਮ। ਉਦੋਂ ਤੋਂ ਫਿਰ ਲੱਗੇ ਹੋਏ ਹਾਂ ਉਸ। ਮੈਨੂੰ ਲੱਗਦਾ ਨਹੀਂ, ਮੈਨੂੰ ਯਾਦ ਨਹੀਂ ਉਸ ਤੋਂ ਬਾਅਦ ਮੈਂ ਕਦੀ ਕਰੋ ਇੱਦਾਂ। ਯਾਰਨ ਮੁੱਲੇ ਵਰਗੀ ਫਿਲਮ ਤੁਸੀਂ ਫਿਰ ਕਿਉਂ ਨਹੀਂ ਦਿੱਤੀ? ਯਾਰਨ ਮੁੱਲੇ ਤੋਂ ਮੈਂ ਤੁਹਾਡਾ ਫੈਨ, ਅੱਜ ਵੀ ਉਹ ਫਿਲਮ ਦੇਖਦੇ ਹਾਂ ਨਾ, ਯਾਰਾਂ ਦੀਆਂ ਯਾਦਾਂ ਪੁਰਾਣੀਆਂ ਹੋ ਜਾਂਦੀਆਂ। ਔਰ ਹਰ ਕਹਿ ਦਿਓ ਕਿ ਯਾਰਾਂ ਦੀ ਮਹਿਫਲ 'ਚ ਗਾਣਾ ਚੱਲਦਾ ਹੀ ਚੱਲਦਾ ਯਾਰਨ ਮੁੱਲੇ। ਯਾਰਨ ਮੁੱਲੇ ਵਰਗੀ ਫਿਲਮ ਤਾਂ ਨਹੀਂ ਦੇ ਪਾਈ ਕਿਉਂਕਿ ਉੱਦਾਂ ਦਾ ਡਾਇਰੈਕਟਰ ਹੀ ਨਹੀਂ ਮਿਲਿਆ ਸਾਨੂੰ ਬਾਅਦ 'ਚ। ਅਨੁਰਾਗ ਸਿੰਘ ਭਾਅ ਜੀ, ਉਹ ਹੀ ਜੀਨੀਅਸ, ਉਹ ਬਹੁਤ ਘੈਂਟ ਬੰਦੇ ਨੇ, ਬਟ ਆਈ ਡੋਂਟ ਨੋ ਉਹਨਾਂ ਨੇ ਕਾਹਤੋਂ ਨਹੀਂ ਕਰਦੇ ਪੰਜਾਬੀ। ਭਾਅ ਜੀ ਜੇ ਸੁਣਦੇ ਹੋ ਪਲੀਜ਼, ਮਿਹਨਤੀ ਆ ਤੁਹਾਡੇ ਅੱਗੇ, ਪਲੀਜ਼ ਕਰ ਲਓ ਯਾਰਨ ਮੁੱਲੇ ਤੁਸੀਂ। ਉਹ ਕਿਉਂਕਿ ਭਾਅ ਜੀ ਨੇ ਜੀਆ ਹੋਇਆ ਉਸ ਚੀਜ਼ ਨੂੰ। ਉਹ ਜਿਹੜਾ ਕੈਰੈਕਟਰ ਸੀ ਨਾ ਮੇਰੇ ਵਾਲਾ, ਉਹ ਅਨੁਰਾਗ ਭਾਅ ਜੀ ਖੁਦ ਸੀਗੇ। ਉਹ ਮੈਨੂੰ ਉਹਨਾਂ ਨੇ ਦੱਸਿਆ ਹੈ, ਕਹਿੰਦੇ ਯਾਰ ਮੈਂ ਇੱਦਾਂ ਦਾ ਸੀ, ਇਹ ਮੇਰਾ ਕੈਰੈਕਟਰ ਆ। ਅਤੇ ਉਹ ਭਾਅ ਜੀ ਹੁਣ ਭਾਅ ਜੀ ਕੋਈ ਕਰਿਸ਼ਮਾ ਕਰ ਸਕਦੇ ਆ?